खबर फरीदकोट तो जिथे केंद्रीय मॉडर्न जेल तो मोबाइल ते नशा मिलन दा सिलसिला लगातार जारी है। जेल प्रशासन दे सर्च दौरान 6 मोबाइल ते 45 नशीले गोलियां बरामद होईयां ने। बैरकां दी तलाशी दौरान 5 मोबाइल फोन बरामद होए। पुलिस ने 2 ते मामला दर्ज कीता ते कार्रवाई जारी है। तो लगातार पंजाब दीयां जेलां सुरखियां दे विच बणियां रहिंदियां ने। एक बार फिर तो फरीदकोट दी मॉडर्न जेल चर्चा दे विच आई है। सर्च ऑपरेशन दौरान मोबाइल फोन ते नशीली गोलियां बरामद होईयां ने। 5 मोबाइल फोन ते 45 नशीलियां गोलियां बरामद कीतियां गईयां ने। पुलिस ने 2 लोकां ते मामला दर्ज कीता है ते कार्रवाई जारी है। जानकारी ते सांझ पाउणगे साडे सहयोगी देवानंद जी। देवानंद, मोबाइल फोन मिलन दा सिलसिला लगातार जारी है ते हुण जेलां दे विच नशियां दा नेटवर्क वी धड़ल्ले नाल चल रहा है। आखिरकार फिर भी मोबाइल फोन अंदर जाते हैं। जेल अधिकारियों का कहना है कि असीं समय समय से सर्च करते हैं, उस तो बाद सानूं जिहड़े ने मोबाइल मिलते हैं, उस तो बाद असीं कार्रवाई फरीदकोट सिटी थाना ਉੱਥੇ ਮੁਕਦਮਾ ਦਰਜ ਕਰਵਾਉਂਦੇ ਹਾਂ ਤੇ ਲਗਾਤਾਰ ਜਿਹੜਾ ਸਿਲਸਿਲਾ ਜਾਰੀ ਹੈ ਤੇ ਲੇਕਿਨ ਪੁਲਿਸ ਵੱਲੋਂ ਵੀ ਲਗਾਤਾਰ ਵੀ ਚੈਕ ਹੋਇਆ ਉਹ ਕੀਤੀ ਜਾ ਰਹੀ ਹੈ ਤੇ ਹੁਣ ਨੈਕਸਟ ਸਟੋਰ ਹੋਈ ਪੁਲਿਸ ਨੇ ਕਈ ਤਰ੍ਹਾਂ ਦੇ ਸਖ਼ਤ ਕਦਮ ਵੀ ਚੱਕ ਰਹੀ ਹੈ ਕਿ ਜਿਹੜਾ ਜਿਹੜੇ ਮੋਬਾਈਲ ਹੈ ਉਹ ਨਾ ਜਾਣ। ਦੇਵਨੰਦ, ਜਦੋਂ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਵੱਡਾ ਸਵਾਲ ਜੇਲ੍ਹ ਪ੍ਰਸ਼ਾਸਨ ਤੇ ਵੀ ਖੜਾ ਹੋ ਜਾਂਦਾ ਹੈ। ਬਿਲਕੁਲ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਨਿਗਰਾਨੀ ਲੱਗਦੀ ਹੈ ਕਿ ਇਸ ਤਰ੍ਹਾਂ ਮੋਬਾਈਲ ਫੋਨ ਅੰਦਰ ਜਾਂਦੇ ਨੇ ਜਾਂ ਨਸ਼ੀਲੀਆਂ ਗੋਲੀਆਂ ਜਾਂਦੀਆਂ ਨੇ। ਆਖਰਕਾਰ ਜਿਹੜੀ ਤਿੰਨ ਵਾਰੇ ਚੈਕਿੰਗ ਕਰ ਕੀਤੀ ਜਾਂਦੀ ਜਾਂ ਥੋ ਰਹੀ ਜਾਂਦਾ, ਆਖਰਕਾਰ ਉਹਨਾਂ ਦੇ ਕਿਤਨਾ ਕਿਤੇ ਸਵਾਲੇ ਨਿਸ਼ਾਨ ਤਾਂ ਖੜੇ ਹੁੰਦੇ ਨੇ। ਜੀ ਤੇ ਜੀ ਜੀ ਤੇ ਜੇਲ੍ਹ ਮੰਤਰੀ ਅਕਸਰ ਜੇਲ੍ਹਾਂ ਦੀ ਸੁਰੱਖਿਆ ਦੀ ਗੱਲ ਕਰਦੇ ਆ, ਪਰ ਜਦੋਂ ਅਜਿਹੀ ਘਟਨਾ ਆਉਂਦੀ ਤਾਂ ਜੇਲ੍ਹ ਮੰਤਰੀ ਵੱਲੋਂ ਕੋਈ ਸਖਤ ਕਦਮ ਚੁੱਕਿਆ ਗਿਆ ਇਹਨਾਂ ਖਬਰਾਂ ਤੇ? ਬਿਲਕੁਲ, ਇਸ ਤੋਂ ਪਹਿਲਾਂ ਕਿ ਜਿਹੜੇ ਨੇ ਜੇਲ੍ਹ ਮੰਤਰੀ ਨੂੰ ਕਿ ਜਿਹੜਾ ਸਖਤ ਕਦਮ ਚੁੱਕਿਆ ਜਾ ਸਕਦਾ ਕਿ ਫਰੀਦਕੋਟ ਜੇਲ੍ਹ ਦੇ ਸਾਈਕ ਸੁਪਰਡੈਂਟ ਸੀ, ਉਹਨਾਂ ਤੇ ਕਾਰਵਾਈ ਕੀਤੀ ਗਈ ਸੀ। ਉਹ ਵੀ ਇਸ ਤਰ੍ਹਾਂ ਅੰਦਰ ਕਿਸੇ ਨਜ਼ਰ ਸਪਲਾਈ ਕਰ ਰਹੀ, ਉਸ ਨੂੰ ਖਿਲਾਫ ਦਾ ਮੁਕਦਮਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਤੇ ਲੇਕਿਨ ਲਗਾਤਾਰ ਜਿਹੜੀ ਉਸ ਤੋਂ ਬਾਅਦ ਫਿਰ ਵੀ ਸਾਲ ਨਹੀਂ ਪਈ ਹੈ, ਨਾ ਦੀ ਨਾ ਜਿਹੜੇ ਮੋਬਾਈਲ ਦਾ ਜਿਹੜਾ ਚੋਂ ਮਿਲ ਰਹੇ ਨੇ ਤੇ ਜਿਹੜੀ ਗੋਲੀਆਂ ਨਸ਼ੀਲੇ ਨੇ ਉਹ ਵੀ ਬਣ। ਸ਼ੁਕਰੀਆ ਜਾਣਕਾਰੀ ਲਈ। ਸੋ ਫਰੀਦਕੋਟ ਤੋਂ ਖਬਰ ਜਿੱਥੇ ਜੇਲ੍ਹ ਵਿੱਚ ਚੈਕਿੰਗ ਦੌਰਾਨ ਮੋਬਾਈਲ ਫੋਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ। ਪੁਲਿਸ ਨੇ 2 ਤੇ ਮਾਮਲਾ ਦਰਜ ਕੀਤਾ ਹੈ ਤੇ ਜਾਂਚ ਪੜਤਾਲ ਜਾ ਰਹੀ ਹੈ।